ਬਚ ਗਿਆ ਪਿੰਡ ਤਾਂ ਬਹੁਤ ਚੇਂਜ ਕਰ ਰਹੇ ਸੀ ਕਦੀ ਆਹ ਚੌਂਤੇ ਪਿੰਡ ਕਹਿ ਰਹੇ ਸੀ ਕੁਮਕਲਾ ਰਾਮਗੜ ਕਹਿ ਰਹੇ ਸੀ ਬਟ ਨਾਮ ਆਪਣਾ ਸਹੀ ਦੱਸਿਆ ਸੀ ਇਹਨਾਂ ਨੇ ਸਰਜੀਤ ਕੌਰ ਦੱਸਿਆ ਨਾ ਇਹਨਾਂ ਨੇ ਆਪਣੇ ਬੇਟੇ ਦਾ ਨਾਮ ਵੀਰਪਾਲ ਚਾਰ ਮੁੰਡੇ ਦੱਸੇ ਇਹਨਾਂ ਨੇ ਚਾਰ ਮੁੰਡੇ ਦੱਸ ਰਹੇ ਸੀਗੇ ਜੀ ਚਾਰ ਮੁੰਡੇ ਆਪਣੇ ਹਾਂਜੀ ਉੱਤੇ ਤੁਹਾਨੂੰ ਮਿਲਿਆ ਬਿਆਨਤਪੁਰਾ ਕਲੋਨੀ ਜੀ ਬਿਆਨਤਪੁਰਾ ਜੀ ਮਿਲਿਆ ਜੀ ਸਮਰਾਲਾ ਚੌਂਕ ਆਗੇ ਆਗੇ ਇਹਨਾਂ ਬਾਰਿਸ਼ ਚ ਘੁੰਮ ਰਹੇ ਸੀਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮਾਤਾ ਜੀ ਸਾਨੂੰ ਬਿਆਨਤਪੁਰਾ ਕਲੋਨੀ ਚੋਂ ਮਿਲੇ ਸਮਰਾਲਾ ਚੌਂਕ ਕੋਲੋਂ ਉੱਥੋਂ ਇਹ ਭੈਣ ਹੁਣੀ ਲੈ ਕੇ ਆਏ ਨੇ ਸਾਨੂੰ ਇਹਨਾਂ ਦੀ ਕਾਲ ਆਈ ਸੀ ਪਰ ਮਾਤਾ ਜੀ ਰਸਤੇ ਚ ਆਉਂਦੇ ਆਉਂਦੇ ਬਿਲਕੁਲ ਹੀ ਡੈੱਡ ਹੋ ਗਏ ਇੱਕ ਵਾਰ ਤਾਂ ਇੱਥੇ ਜਦੋਂ ਉਤਰੇ ਭੈਣ ਨੇ ਵੀ ਦੇਖਿਆ ਇੱਕਦਮ ਮਿਲਿਆ ਮਾਤਾ ਹੁਣ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਦੀ ਆ ਵੀਡੀਓ ਮਾਤਾ ਦੀ ਘੰਟਾ ਪਹਿਲਾਂ ਦੀ ਜਦੋਂ ਗੱਡੀ ਚ ਬਿਠਾਏ ਨਾ ਅਸੀਂ ਨਿਊਜ਼ ਵਾਲੇ ਨਾਲ ਬਿਆਨਤਪੁਰਾ ਦੇ ਵਿੱਚ ਖੜੇ ਆਇਆ ਜਿੱਥੇ ਇੱਕ ਮਾਤਾ ਜੋ ਕਿ ਆਪਣਾ ਘਰ ਨਹੀਂ ਦੱਸ ਪਾ ਰਹੀ ਤਾਂ ਉਹ ਮਾਤਾ ਲੋਕ ਜੋ ਉਹਨਾਂ ਨੂੰ ਸੇਰ ਤੋਂ ਸਮਝਾ ਇਸ ਤਾਂ ਮਾਤਾ ਹੁਣ ਜਾਣ ਨੂੰ ਜੋ ਕਾਲੀ ਕਾਲੀ ਘਰ ਨਹੀਂ ਦੱਸ ਪਾ ਰਹੀ ਆ ਸੁੱਧ ਬੁੱਧ ਖੋਈ ਹੋਈ ਆ ਮਾਤਾ ਦੇ ਤਾਂ ਸਾਡੇ ਨਾਲ ਮੱਲਾ ਨਿਵਾਸੀ ਮੌਜੂਦ ਹੈਗਾ ਸਾਨੂੰ ਸੱਦਿਆ ਮੀਡੀਆ ਨੂੰ ਜੀ ਭਾਈ ਮੈਂ ਮਹੇਸ਼ ਵਰਮਾ ਇਹ ਮਾਤਾ ਜੀ ਦਾ ਚਿਹਰੇ ਨੂੰ ਤੁਸੀਂ ਜੇ ਕੋਈ ਪਹਿਚਾਣ ਸਕਦਾ ਤਾਂ ਪਲੀਜ਼ ਸਾਡੇ ਨਾਲ ਜਰੂਰ ਸੰਪਰਕ ਕਰੋ ਜੇ ਕੋਈ ਮਾਤਾ ਜੀ ਨੂੰ ਜਾਣਦਾ ਦੋ ਤਸਵੀਰਾਂ ਆ ਦੋ ਘੰਟਿਆਂ ਦੇ ਵਿਚ ਵਿਚ ਮਾਤਾ ਆਪਣੇ ਬੱਚਿਆਂ ਤੋਂ ਦੂਰ ਹੋਈ ਹੋਈ ਆ ਵਿਚਾਰੀ ਵਧੀਆ ਸੂਟ ਪਾਇਆ ਹੋਇਆ ਮਾਤਾ ਦੇ ਗਲ ਦੇ ਵਿਚ ਚੈਨੀ ਪਾਈ ਹੋਈ ਆ ਚਾਂਦੀ ਦੀ ਤੇ ਆ ਦੇਖੋ ਏਦਾਂ ਗੁਲਾਬ ਦਾ ਫੁੱਲ ਬਣਾਇਆ ਹੋਇਆ ਵਾਲੀਆਂ ਪਾਈਆਂ ਵੀ ਸੋਨੇ ਦੀਆਂ ਵਾ ਵਾਲੀਆਂ ਵੀ ਮਾਤਾ ਜੀ ਦੇ ਕੰਨਾਂ ਦੇ ਵਿਚ ਤੇ ਆ ਚਾਂਦੀ ਦੀ ਗੁਲਾਬ ਦੇ ਫੁੱਲ ਵਾਲੀ ਚੈਨੀ ਪਾਈ ਹੋਈ ਬੇਬੇ ਦੇ ਇੱਕ ਆ ਕਿਸੇ ਬਾਬਾ ਜੀ ਦਾ ਲੋਕਟ ਆ ਬਾਬਾ ਜੀ ਦੀ ਫੋਟੋ ਆ ਬਾਬਾ ਈਸ਼ਰ ਸਿੰਘ ਜੀ ਨੇ ਤੇ ਕੋਕਾ ਪਾਇਆ ਹੋਇਆ ਬੇਬੇ ਓ ਮਾਂ ਅੱਖ ਖੋਲ ਕੁੜੇ ਸਰਜੀਤ ਕੁਰੇ ਬੇਬੇ ਓ ਮਾਂ ਬੇਬੇ ਮਾਤਾ ਜੀ ਓ ਮਾਂ ਮਾਤਾ ਜੀ ਓ ਮਾਂ ਡਰ ਨਾਲ ਬੇਹੋਸ਼ ਹੋ ਗਏ ਜਾਂ ਕਿਵੇਂ ਏਦਾਂ ਕੁਛ ਕਰ ਰਹੇ ਖੁੱਲਣ ਲੱਗ ਗਏ ਝਪਕਣ ਲੱਗ ਗਏ ਬੇਬੇ ਸਤਿ ਸ੍ਰੀ ਅਕਾਲ ਹਾਂ ਨਹੀਂ ਠੀਕ ਹੈ ਹੁਣ ਜਾਣਾ ਠੀਕ ਹੈ ਜੀ ਆਕਸੀਜਨ ਵੀ ਪੂਰੀ ਆ ਰਹੀ 98 ਪੁਆਇੰਟ ਕਿਰਪਾ ਕਰੀਏ ਇਹਨਾਂ ਦੇ ਘਰਦਿਆਂ ਨਾਲ ਜਲਦੀ ਸੰਪਰਕ ਹੋ ਜੇ ਸਾਡੀ ਸਾਰਿਆਂ ਦੀ ਮਿਹਨਤ ਸਫਲ ਹੋ ਜੇ ਹਾਂ ਮਾਂ ਬੇਬੇ ਬੇਬੇ ਓ ਮਾਂ
ਹਸਪਤਾਲ ਚ ਆਏ ਆ ਆਪਾਂ ਹਸਪਤਾਲ ਚ ਆਪਾਂ ਕਿਤੇ ਜੇਲ ਚ ਨੀ ਆਏ ਹਸਪਤਾਲ ਚ ਆਵਾ ਆ ਦੇਖੋ ਡਾਕਟਰ ਖੜੇ ਠੀਕ ਹੋ ਮਾਤਾ ਬੋਡੀ ਵਾਰਮਰ ਵਗੈਰਾ ਪਾਇਆ ਹੋਇਆ ਮਾਤਾ ਜੀ ਦੇ ਮਤਲਬ ਆਪਦੇ ਘਰੋਂ ਹੀ ਕਿਤੋਂ ਸਹੀ ਜਗ੍ਹਾ ਤੋਂ ਆਏ ਨੇ ਆ ਜਰਾਬਾਂ ਇੰਨੀਆਂ ਮੋਟੀਆਂ ਪਾਈਆਂ ਅੱਛਾ ਦਿੱਤੀ ਤੁਸੀਂ ਮਾਛੀ ਵਾੜੇ ਦੇ ਕੋਲ ਪੀਰਾਂ ਇਹ ਜਗ੍ਹਾ ਦੀ ਵਾਰ ਵਾਰ ਗੱਲ ਕਰ ਰਹੇ ਆ ਕਿ ਮੈਂ ਵੀਰਵਾਰ ਉੱਥੇ ਮਰ ਕੇ ਦੀਵਾ ਮਰ ਕੇ ਸ਼ੁਕਰੀਆ ਅਸੀਂ ਤਿੰਨ ਚਾਰ ਜਗ੍ਹਾ ਫੋਨ ਕੀਤਾ ਸਹੀ ਗੱਲ ਦੱਸੀ ਸਾਨੂੰ ਕਿਤੋਂ ਕੋਈ ਜਵਾਬ ਹੀ ਮਿਲਿਆ ਸਾਡਾ ਪੂਰਾ ਸਾਥ ਦਿੱਤਾ ਸਹੀ ਗੱਲ ਦੱਸੀ ਪੂਰਾ ਸਾਡਾ ਅਸੀਂ ਪੁਲਿਸ ਵਾਲਿਆਂ ਨੂੰ ਵੀ ਫੋਨ ਕੀਤਾ ਸਾਡੇ ਕਿਸੇ ਨੇ ਕੋਈ ਗੱਲਬਾਤ ਕਿਸੇ ਨੇ ਕਿਸੇ ਨੂੰ ਕਰਤਾ ਕਿਸੇ ਨੇ ਸਾਡਾ ਬਿਲਕੁਲ ਠੀਕ ਸੀਗੇ ਹੁਣ ਸਾਡਾ ਸਗੋਂ ਲੜ ਕੇ ਆਏ ਮੈਂ ਗੱਡੀ ਚ ਨੀ ਬਹਿਣਾ ਕਹਿੰਦੇ ਕੋਈ ਨਾ ਜੀ ਘਬਰਾਓ ਨਾ ਬਿਲਕੁਲ ਠੀਕ ਆ ਮਾਤਾ ਜੀ ਬਿਲਕੁਲ ਕੋਈ ਗੱਲ ਨੀ ਥੋੜਾ ਜਿਹਾ ਉਹ ਹੋ ਗਏ ਬੇਹੋਸ਼ ਜੇ ਬੇਬੇ ਦੇ ਸਾਰੇ ਪੈਸੇ ਕੱਢ ਲੋ ਫਿਰ ਬੇਬੇ ਨੇ ਆਪੇ ਠੀਕ ਹੋ ਜਾਣਾ ਬੇਬੇ ਪੈਸੇ ਤਾਂ ਕੱਢ ਲੈ ਕੇ ਮੈਨੂੰ ਬੇਬੇ ਤੇਰੇ ਪੈਸੇ ਲੁੱਟਣ ਲੱਗਿਆ ਸੀ ਫਟਾਫਟ ਉੱਠ ਖੜ ਹੁਣ ਤਾਂ ਬੇਬੇ ਆ ਤੇਰਾ ਤੇਰੇ ਪੈਸੇ ਕੱਢਣ ਲੱਗਿਆ ਸੀ ਸਾਰੇ ਤੁਹਾਡੇ ਨਾਲ ਸੰਪਰਕ ਕੀਤਾ ਤੁਸੀਂ ਕਹਿਤਾ ਵੀ ਆ ਜਾਓ ਜੀ ਫਟਾਫਟ ਜੇ ਵੀ ਕੋਈ ਚੋਰ ਜੇਬ ਲਾਈ ਲੱਗਦੀ ਆ ਭਾਈ ਆ ਜੇਬ ਚ ਬੇਬੇ ਦੇ ਦੋ ਪਿਆਜ ਆ ਜੀ ਇੱਕ ਮਾਚਿਸ ਆ ਤੇ ਇੱਕ ਜੇਬ ਦੇ ਵਿਚ ਕੁਛ ਪੈਸੇ ਨੇ ਆਧਾਰ ਕਾਰਡ ਕੋਈ ਏਦਾਂ ਦੀ ਚੀਜ਼ ਨਾ ਹੋਵੇ ਮੈਂ ਦੇਖ ਰਿਹਾ ਇਹਦੇ ਵਿਚ ਮਾਤਾ ਜੀ ਦੇ ਪੈਸੇ ਨਿਕਲੇ ਜੀ ਜਿਹੜੇ ਪੈਸੇ ਆ ਕੇ ਕਾਕਾ ਬੰਦ ਪੈਨੂੰ ਫਿਰ ਰੋਲਾ ਨਾ ਠੀਕ ਨੀ ਹੈਗੇ 16 ਪੀਸ ਕੋਈ ਰੈਡ ਬਲੈਕ ਕਦੋਂ ਦੇ ਪੁੱਛ ਰਹੇ ਸਾਨੂੰ ਪ੍ਰੋਪਰ ਐਡਰੈਸ ਦੱਸੋ ਵੀ ਅਸੀਂ ਆਪਦੀ ਪਰਚੀ ਦਾ ਸਕਰੀਨ ਸ਼ਾਟ ਮਾਰ ਲਈ ਬਾਈ ਤੇਰੀ ਪਰਚੀ ਬੇਬੇ ਨੇ ਦੇਤੀ ਆ ਹੁਣ ਚਾਰ ਸੋ ਵੀਹ ਬੇਬੇ ਦਾ ਤੇਰੀ ਜੇਬ ਚ ਪਾ ਦਿੰਦੇ ਪੈਸੇ ਅਸੀਂ ਮਾਂ ਸਰਜੀਤ ਕੁਰੇ ਓ ਮਾਂ ਮਾਂ
चलो संगत नूं बेनती है जी वीडियो नूं प्लीज जरूर शेयर करियो तां जो इन्हां वीरां दी कीती हुई मेहनत भी सफल हो सके। माता जी दा आ चेहरा बाजी जिहड़ा वीडियो तुसीं देख रहे हो माता जी जदों सानूं मिले सीगे उस टाइम वीर जी होणा ने आ वीडियो बना के भेजी सीगी माता जी दी। माता जी दियां वीडियो जो सानू आईयां माता तुसी सोने दी पाइया हुई बालियां हां माता जी दे कोले समान सीगा उस टाइम जदों माता जी मिले इन्हां कोले आ पंड जी सीगी इक बालण दी इदां इकट्ठे कीते होए दी बस ਇਹ ਤਸਵੀਰਾਂ ਇਹਨਾਂ ਦੇ ਵੀਰ ਹੋਣਾ ਨੇ ਭੈਣ ਹੋਣਾ ਨੇ ਕੋਈ ਐਡਵੋਕੇਟ ਭੈਣ ਜੀ ਸੀਗੇ ਜਿਨ੍ਹਾਂ ਨੇ ਮਾਤਾ ਜੀ ਨਾ ਸਾਡੀ ਗਲੀ ਦੇ ਵਿੱਚ ਇੱਕ ਦੋ ਵਜੇ ਆਪਣੇ ਆਪ ਇੱਥੇ ਬਾਰਿਸ਼ ਦੇ ਵਿੱਚ ਗਿੱਲੇ ਹੋਏ ਹੋਏ ਸੀ ਉਹਨਾਂ ਦੇ ਕੋਲ ਹੱਥ ਚ ਪੰਡ ਜੀ ਫੜੀ ਹੋਈ ਸੀ ਤੇ ਇਹ ਕੀ ਕਹਿੰਦੇ ਇੱਕ ਫੈਕਟਰੀ ਦੇ ਵਿੱਚ ਵੜ ਜਾਂਦੇ ਆ ਫੈਕਟਰੀ ਚ ਜਾ ਕੇ ਹਨਾ ਉੱਥੇ ਉਹਨਾਂ ਦਾ ਕੋਈ ਸਮਾਨ ਚੱਕ ਲਿਆਉਂਦੇ ਆ ਤੇ ਕਹਿੰਦੇ ਆ ਕਿ ਮੇਰਾ ਸਮਾਨ ਆ ਮੇਰਾ ਸਮਾਨ ਆ ਮੇਰੀ ਇਹਦੇ ਵਿੱਚ ਮਾਂ ਵਾ ਜਿਹੜੇ ਤੁਸੀਂ ਜਾਲ ਦਿੱਤੇ ਉਹ ਹੱਟੀ ਲੱਗੀ ਹੋਈ ਉਹਨਾਂ ਦੀ ਫੈਕਟਰੀ ਚ ਤੇ ਇਹ ਕਾਫੀ ਅਗਰੈਸਿਵ ਹੋ ਜਾਂਦੇ ਆ ਤੇ ਉਹਦੇ ਨਾਲ ਨਾ ਇਹ ਮੁੜ ਕੇ ਇਹਨਾਂ ਕੋਲ ਫੜਦੇ ਉਹ ਸਮਾਨ ਤੇ ਇਹ ਉਹਨਾਂ ਨੂੰ ਕੁੱਟਮਾਰ ਕਰ ਦਿੰਦੇ ਆ ਮਾਤਾ ਜੀ ਤੇ ਮੈਂਟਲੀ ਥੋੜੇ ਡਿਸਟਰਬ ਜੇ ਆ ਤੇ ਅਸੀਂ ਫੜ ਕੇ ਬਿਠਾ ਲਿਆ ਹੋਇਆ ਇਹਨਾਂ ਨੂੰ ਤੇ ਇਹ ਆਪਣੇ ਬਾਰੇ ਕੁਛ ਨਹੀਂ ਦੱਸ ਰਹੇ ਇਹ ਇਹੀ ਇਹਨੂੰ ਪਿੰਡ ਸਮਝ ਰਹੇ ਕਹਿੰਦੇ ਇਹੀ ਮੇਰਾ ਪਿੰਡ ਮੈਂ ਪਿੰਡ ਪੁੱਛਿਆ ਤੇ ਪੁੱਛਿਆ ਵੀ ਤੁਹਾਡੇ ਘਰ ਦੇ ਕੋਲ ਉਹਨਾਂ ਨਾਮ ਕੀ ਆ ਕਹਿੰਦੇ ਉਹ ਨਾਮ ਤਾਂ ਨਹੀਂ ਮੈਨੂੰ ਕੈਬ ਦੱਸਿਆ ਉਹਨਾਂ ਨੇ ਹਜੇ ਤੱਕ ਤਾਂ ਬਟ ਇਹ ਕਹੀ ਜਾਂਦੇ ਵੀ ਇਹ ਉਹਨਾਂ ਦੀ ਕੁੜੀ ਆ ਇਹ ਉਹਨਾਂ ਦਾ ਫਲਾਣੇ ਦਾ ਮੁੰਡਾ ਹੈ ਟਮਕਾਣੇ ਦਾ ਇਦਾਂ ਬੋਲੀ ਜਾ ਰਿਹਾ ਬਟ ਆਪਣੇ ਪਰਿਵਾਰ ਬਾਰੇ ਕੁਛ ਨਹੀਂ ਦੱਸ ਰਹੇ। ਚਲੋ ਇੰਨੀ ਕੁ ਜਾਣਕਾਰੀ ਹੈ ਜੀ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਹੈ ਪਲੀਜ਼ ਸ਼ੇਅਰ ਕਰਿਓ ਵੀਡੀਓ ਕੀ ਕਹਿਣਾ ਚਾਹੁੰਦੇ ਭੈਣੇ ਕੁਛ ਕਹਿਣਾ ਤੁਸੀਂ ਨਹੀਂ ਭਾਜੀ ਬਸ ਇਹੀ ਹੈ ਇਹਨਾਂ ਦਾ ਘਰ ਲੱਭ ਜੇ ਹਨਾ।